ਜਲੰਧਰ ਦੇ ਬਾਜ਼ਾਰ ਸ਼ੇਖਾ ਵਿੱਚ ਸਥਿਤ ਸ਼੍ਰੀ ਕ੍ਰਿਸ਼ਨ ਨਿਵਾਰਨ ਬਾਲਾ ਜੀ ਮੰਦਿਰ ਵਿੱਚ ਸਪਤਾਹਕ ਚੌਂਕੀ ਦਾ ਆਯੋਜਨ ਮੁੱਖ ਸੇਵਾਦਾਰ ਅਤੇ ਪ੍ਰਧਾਨ ਰਮਨ ਅਰੋੜਾ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਚੌਂਕੀ ਵਿੱਚ ਭਜਨ ਸਮਰਾਟ ਅਸ਼ੋਕ ਸ਼ਰਮਾ ਅਤੇ ਆਸ਼ੀਸ਼ ਸ਼ਰਮਾ ਵੱਲੋਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਚੌਂਕੀ ਦੌਰਾਨ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਨੰਦਨ ਸਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਭਗਤਾਂ ਨੇ ਆ ਕੇ ਹਾਜ਼ਰੀ ਭਰੀ। ਮੰਦਰ ਦੇ ਮੁੱਖ ਸੇਵਾਦਾਰ ਰਮਨ ਅਰੋੜਾ ਨੇ ਦੱਸਿਆ ਕਿ ਮੰਦਰ ਵਿੱਚ ਆਉਣ ਵਾਲੇ ਭਗਤਾਂ ਦੀਆਂ ਮੁਰਾਦਾਂ ਮਹਿੰਦੀਪੁਰ ਬਾਲਾ ਜੀ ਪੂਰੀਆਂ ਕਰਦੇ ਹਨ। ਉਹਨਾਂ ਦੱਸਿਆ ਕਿ ਮੰਦਰ ਵੱਲੋਂ ਹਰ ਮਹੀਨੇ ਸੰਗਤਾਂ ਨੂੰ ਟ੍ਰੇਨ ਰਾਹੀਂ ਮਹਿੰਦੀਪੁਰ ਬਾਲਾ ਜੀ ਦੇ ਦਰਬਾਰ ਹਾਜ਼ਰੀ ਲਗਵਾਉਣ ਲਈ ਵੀ ਲੈ ਕੇ ਜਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਨਵੰਬਰ ਵਿੱਚ ਮੰਦਰ ਵੱਲੋਂ ਬਹੁਤ ਵੱਡਾ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ। ਬੋਲੋ ਬਾਲਾ ਜੀ ਮਹਾਰਾਜ ਕੀ ਜੈ। ਹਰ ਮੰਗਲਵਾਰ ਦੇ ਮੰਗਲਵਾਰ ਸ਼੍ਰੀ ਕ੍ਰਿਸ਼ਨ ਵਰਨ ਬਾਲਾ ਜੀ ਮੰਦਿਰ ਦੇ ਵਿੱਚ ਬਾਲਾ ਜੀ ਮਹਾਰਾਜ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਬਾਲਾ ਜੀ ਦੀ ਚੌਂਕੀ ਸਜਾਈ ਜਾਂਦੀ ਹੈ। ਇੱਥੇ ਹਜ਼ਾਰਾਂ ਦੀ ਤਦਾਦ 'ਚ ਸੰਗਤ ਆਉਂਦੀ ਹੈ ਔਰ ਇਸੇ ਤਰ੍ਹਾਂ ਹੀ ਲੰਗਰ ਭੰਡਾਰੇ ਲੱਗੇ ਰਹਿੰਦੇ ਆ। ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਕੰਮ ਹੁੰਦੇ ਆ ਉਹ ਇੱਥੇ ਆਪਣੀ ਆਸਥਾ ਨੂੰ ਪੱਕਾ ਕਰਨ ਵਾਸਤੇ ਇੱਥੇ ਆਉਂਦੇ ਆ ਔਰ ਬਾਲਾ ਜੀ ਮਹਾਰਾਜ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ ਨੇ ਕਿਉਂਕਿ ਉਹ ਕਲਯੁੱਗ ਦੇ ਦੇਵ ਨੇ। ਕਲਯੁੱਗ ਦੇ ਵਿੱਚ ਭਗਵਾਨ ਰਾਮ ਨੇ ਇਹਨਾਂ ਦੀ ਡਿਊਟੀ ਲਗਾਈ ਹੋਈ ਆ ਵੀ ਜਿੱਥੇ ਜਿੱਥੇ ਧਰਮ ਦੇ ਕਾਰਜ ਹੋਣਗੇ ਉੱਥੇ ਉੱਥੇ ਤੁਸੀਂ ਆਪਣੀ ਹਾਜ਼ਰੀ ਜ਼ਰੂਰ ਦੇਣੀ ਹੈ। ਉਹੀ ਮੁੱਖ ਰੱਖਦੇ ਹੋਏ ਇੱਥੇ ਹਰ ਰੋਜ਼ ਮੰਗਲਵਾਰ ਦੇ ਮੰਗਲਵਾਰ 7 ਵਜੇ ਤੋਂ ਲੈ ਕੇ 9 ਵਜੇ ਤੱਕ ਸੰਕੀਰਤਨ ਹੁੰਦਾ ਔਰ ਸੰਕੀਰਤਨ ਦੇ ਵਿੱਚ ਬਾਲਾ ਜੀ ਮਹਾਰਾਜ ਵਿਰਾਜਮਾਨ ਹੁੰਦੇ ਆ ਔਰ ਭਗਤਾਂ ਦੇ ਜਿਹੜੇ ਕਸ਼ਟਾਂ ਲੋਕ ਆਉਂਦੇ ਉਹਨਾਂ ਦੇ ਕਸ਼ਟਾਂ ਨੂੰ ਦੂਰ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਬਾਲਾ ਜੀ ਮਹਾਰਾਜ ਸਭ 'ਤੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਰੱਖਣ। ਇਹ ਇੱਛਾਵਾਂ ਦੇ ਨਾਲ ਅਸੀਂ ਜਲੰਧਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇੱਥੇ ਆਓ ਇਸ ਮੰਦਿਰ 'ਚ ਆ ਕੇ ਬਾਲਾ ਜੀ ਮਹਾਰਾਜ ਦੇ ਚਮਤਕਾਰਾਂ ਨੂੰ ਦੇਖੋ। ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ। ਇੱਕ ਮੁੱਖ ਇਹ ਗੱਲ ਹੋਰ ਹੈ ਸ਼੍ਰੀ ਕ੍ਰਿਸ਼ਨ ਨਿਵਾਰਨ ਬਾਲਾ ਜੀ ਮੰਦਿਰ ਵੱਲੋਂ ਸ਼੍ਰੀ ਭਗਵਤ ਕਥਾ ਹੋਣ ਜਾ ਰਹੀ ਆ ਜਿਹਦੇ ਵਿੱਚ ਸੁਪ੍ਰਸਿੱਧ ਜਯਾ ਕਿਸ਼ੋਰੀ ਜੀ ਆ ਰਹੇ ਨੇ। ਇਸ ਕਰਕੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੰਗਤ ਆ ਕੇ ਇਸ ਪੁੰਨ ਕਾਰ ਦੇ ਵਿੱਚ ਭਾਗ ਲੈਣ ਔਰ ਆਪਣੇ ਦੁੱਖਾਂ ਦਾ ਨਿਵਾਰਨ ਕਰਨ। ਇਹ ਨਵੰਬਰ ਮਹੀਨੇ ਦੇ ਵਿੱਚ ਹੈ ਹਲੇ ਅਸੀਂ ਜਿਹੜੀ ਡੇਟ ਹੈ ਉਹ ਅਸੀਂ ਫਾਈਨਲ ਨਹੀਂ ਕਰ ਰਹੇ ਹੈਗੇ ਕਿਉਂਕਿ ਸਾਨੂੰ ਪਤਾ ਵਾ ਵੀ ਸੰਗਤ ਬਹੁਤ ਜ਼ਿਆਦਾ ਹੋ ਜਾਣੀ ਆ। ਇਸ ਜਗ੍ਹਾ ਨੂੰ ਕਵਰ ਕਰਨ ਵਾਸਤੇ ਸ਼ਹਿਰ ਦੀਆਂ 2-3 ਜਗ੍ਹਾ ਅਸੀਂ ਦੇਖ ਰਹੇ ਹਾਂ ਜਿੱਥੇ ਜਗ੍ਹਾ ਸਾਨੂੰ ਠੀਕ ਲੱਗੇਗੀ ਜਿੱਥੇ ਜਯਾ ਕਿਸ਼ੋਰੀ ਜੀ ਦੀ ਟੀਮ ਆਏਗੀ ਉਹ ਆ ਕੇ ਜਿਹੜੀ ਜਗ੍ਹਾ ਸਿਲੈਕਟ ਕਰਨਗੇ ਉਹ ਜਗ੍ਹਾ ਦੇ ਉੱਤੇ ਅਸੀਂ ਕਰਾਂਗੇ ਕਿਉਂਕਿ ਸਾਨੂੰ ਉਮੀਦ ਹੈ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਸੰਗਤ ਨੇ ਆਉਣਾ ਔਰ ਅਸੀਂ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸੰਗਤ ਆ ਕੇ ਇਸ ਪੁੰਨੇ ਜਿਹੜਾ ਗਿਆਨ ਯੱਗ ਚੱਲ ਰਿਹਾ ਗੀਤਾ ਯੱਗ ਚੱਲੇਗਾ ਉਹਦੇ 'ਚ ਪੂਰਾ ਤੋਂ ਪੂਰਾ ਫਾਇਦਾ ਉਠਾਉਣ। ਇਸ ਤਰ੍ਹਾਂ ਵੀਰ ਜੀ ਵੀ ਹਰ ਮਹੀਨੇ ਦੀ ਮਹੀਨੇ ਟ੍ਰੇਨ ਜਾਂਦੀ ਹੈ ਜੀ ਬਾਲਾ ਜੀ ਮਹਾਰਾਜ ਦਰਸ਼ਨ ਕਰਨ ਵਾਸਤੇ। ਤਕਰੀਬਨ ਸਾਨੂੰ 3 ਸਾਲ ਹੋ ਗਏ ਜੀ ਯਾਤਰਾ ਲੈ ਕੇ ਜਾਂਦਿਆਂ ਨੂੰ ਔਰ ਬਾਲਾ ਜੀ ਮਹਾਰਾਜ ਬੜੀ ਸਫਲ ਤਰੀਕੇ ਦੇ ਨਾਲ ਆਪਣੇ ਆਸ਼ੀਰਵਾਦ ਹੇਠਾਂ ਇਸ ਯਾਤਰਾ ਨੂੰ ਲੈ ਕੇ ਜਾਂਦੇ ਨੇ ਔਰ ਵੈਸੇ ਤਾਂ ਬਚਪਨ ਤੋਂ ਹੀ ਅਸੀਂ ਇਸ ਦਰਬਾਰ ਦੇ ਨਾਲ ਜੁੜੇ ਹੋਏ ਹਾਂ ਪਰ ਪਿਛਲੇ 2 ਸਾਲਾਂ ਤੋਂ ਜਦੋਂ ਦਾ ਦਰਬਾਰ ਦਾ ਨਿਰਮਾਣ ਹੋਇਆ ਵਾ ਬਸ ਇੱਥੇ ਨਾਲ ਹੀ ਇੱਥੇ ਜੋਗੇ ਰਹਿ ਗਏ ਜੀ। ਮੰਦਿਰ ਦੇ ਪੁਜਾਰੀ ਚੇਤਨਿਆ ਕਿਸ਼ੋਰ ਨੇ ਦੱਸਿਆ ਕਿ ਇਸ ਮੰਦਿਰ ਵਿੱਚ ਹਰ ਮੰਗਲਵਾਰ ਨੂੰ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿੱਥੇ ਜਲ ਦਾ ਛਿੱਟਾ ਮਾਰਿਆ ਜਾਂਦਾ ਹੈ ਜਿਸ ਨਾਲ ਹਰ ਰੋਗ ਖਤਮ ਹੋ ਜਾਂਦਾ ਹੈ। ਬੋਲੋ ਸਿਆਵਰ ਰਾਮ ਚੰਦਰ ਭਗਵਾਨ ਕੀ ਜੈ। ਬਾਲਾ ਜੀ ਦਰਬਾਰ ਕੀ ਜੈ। ਸ਼੍ਰੀ ਕਸ਼ਟ ਨਿਵਾਰਨ ਬਾਲਾ ਜੀ ਮੰਦਿਰ ਸੇਖਾ ਬਾਜ਼ਾਰ ਮੇ ਹਰ ਮੰਗਲਵਾਰ ਕੋ ਚੌਕੀ ਹੋਤੀ ਹੈ ਯਹਾਂ ਪਰ ਜਲ ਕੇ ਛਿੱਟੇ ਦੀਏ ਜਾਤੇ ਹੈ ਔਰ ਜਲ ਦਿਆ ਜਾਤਾ ਹੈ ਜਿਸਸੇ ਕੈਂਸਰ ਹੋ ਚਾਹੇ ਟੀਬੀ ਹੋ ਚਾਹੇ ਕਿਸੀ ਪ੍ਰਕਾਰ ਕਾ ਰੋਗ ਹੋ ਉਹ ਸਭ ਦੂਰ ਹੋ ਜਾਂਦੇ ਹੈ ਠੀਕ ਹੋ ਜਾਂਦੇ ਹੈ। ਜਿਸ ਕੋ ਸੰਤਾਨ ਨਹੀਂ ਹੈ ਜਿਸ ਕੋ ਪੁੱਤਰ ਨਹੀਂ ਹੈ ਜਾਂ ਜਿਸ ਕੇ ਘਰ ਮੇ ਕੀਆ ਕਿਰਾਇਆ ਹੋਤਾ ਹੈ ਉਹ ਸਭ ਦੂਰ ਹੋ ਜਾਂਦਾ ਹੈ ਔਰ ਇਸੀ ਪ੍ਰਕਾਰ ਸੇ ਹਜ਼ਾਰੋਂ ਭਗਤ ਯਹਾਂ ਪਰ ਆਤੇ ਹੈ ਔਰ ਸਭ ਕੀ ਝੋਲੀਆਂ ਭਰ ਕੇ ਜਾਤੀ ਹੈ। ਇਸ ਦਰਬਾਰ ਮੇ ਕੋਈ ਖਾਲੀ ਹੱਥ ਨਹੀਂ ਜਾਤਾ ਹੈ ਇਸ ਦਰਬਾਰ ਸੇ ਸਭ ਝੋਲੀਆਂ ਭਰ ਕੇ ਜਾਤੇ ਹੈ ਸਭੀ ਪੀੜੇ ਦੂਰ ਹੋਤੇ ਹੈ ਦੁੱਖ ਦੂਰ ਹੋਤੇ ਹੈ ਰੋਗ ਉਸਕੇ ਨਿਵਾਰਣ ਹੋਤੇ ਹੈ ਔਰ ਬਾਲਾ ਜੀ ਕਿਰਪਾ ਸੇ ਸਭ ਸੁੱਖ ਸ਼ਾਂਤੀ ਬਣੀ ਰਹਿਤੀ ਹੈ ਔਰ ਯਹਾਂ ਪਰ ਹਰ ਮੰਗਲਵਾਰ ਕੋ ਚੌਕੀ ਕੇ ਬਾਅਦ ਲੰਗਰ ਕਾ ਪ੍ਰਸਾਦ ਬਾਂਟਾ ਜਾਤਾ ਹੈ ਲੰਗਰ ਲਗਤਾ ਹੈ ਸਭ ਲੰਗਰ ਲੈ ਕਰਕੇ ਯਹਾਂ ਸੇ ਜਾਤੇ ਹੈ ਔਰ ਇਸੀ ਪ੍ਰਕਾਰ ਸੇ ਪ੍ਰਭੂ ਕਿਰਪਾ ਬਣੀ ਰਹੇ ਔਰ ਸੁੱਖ ਸ਼ਾਂਤੀ ਬਣੀ ਰਹੇ ਪ੍ਰਭੂ ਕਿਰਪਾ ਸੇ ਔਰ ਜੈ ਸ਼੍ਰੀ ਬਾਲਾ ਜੀ। ਚੌਂਕੀ ਵਿੱਚ ਹਾਜ਼ਰੀ ਭਰਨ ਆਏ ਭਗਤਾਂ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਆ ਕੇ ਬੜਾ ਸਕੂਨ ਮਿਲਦਾ ਹੈ ਅਤੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਅਤੇ ਰੋਗਾਂ ਤੋਂ ਮੁਕਤੀ ਮਿਲਦੀ ਹੈ। ਦੇਖੋ ਇਹ ਪੰਜਾਬ ਵਿੱਚ ਇੱਕ ਬਾਲਾਜੀ ਦਾ ਮੰਦਰ ਇੱਕ ਹੀ ਹੈ ਜਿਹੜਾ ਸਾਰੇ ਕਸ਼ਟਾਂ ਨੂੰ ਦੂਰ ਕਰਦਾ ਹੈ। ਮਤਲਬ ਆਪਾਂ ਕਹਿ ਸਕਦੇ ਹਾਂ ਜਿਹੜੇ ਰਾਜਸਥਾਨ 'ਚ ਬੈਠਾ ਵੱਡਾ ਘਰ ਹੈ ਛੋਟਾ ਘਰ, ਅਤੇ ਮੰਗਲਵਾਰ ਮੰਗਲਵਾਰ ਜਿਹੜੇ ਬਾਲਾਜੀ ਨੂੰ ਨਵਾ ਕੇ ਜਿਹੜਾ ਜਲ ਹੁੰਦਾ ਹੈ ਉਹ ਜਲਾਂ ਦੇ ਛਿੱਟੇ ਪੈਂਦੇ ਸਭ ਤੋਂ, ਉਹਦੇ ਨਾਲ ਸਾਰੇ ਲੋਕਾਂ ਨੂੰ ਜਿਹੜੇ ਉਹਨਾਂ ਕਸ਼ਟ ਹੈ ਰੋਗ ਹੈ ਸਭ ਦੂਰ ਹੁੰਦੇ, ਇਸ ਕਰਕੇ ਲੋਕ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ। हर मंगलवार सानू तीजा साल हो गया इस काम नू चलदे नू, एक नरेंद्र कुमार चंचल ने उद्घाटन किया। अज हर मंगलवार भंडारा लगता है और सबनू 500 बंदा घट्टो घट रोटी खाता, देन वाला भी महाराज लैन वाले महाराज। बालाजी महाराज हमेशा तो लोगों के दुखों का निवारण करने लिए ही बने गए ने। चाहे इतिहास देख लो, जदों लक्ष्मण भगवान भी मूर्छित हो गए थे तो श्री राम भी बड़े घबरा गए थे, तो उदों भी हनुमान जी ने उन्हों का कष्ट दूर किया, उन्होंने संजीवनी बूटी लैके आए। तो मेरा यह कहने का मकसद है जो वो स्वयं भगवान के कष्ट दूर कर सकते हैं तो असं इंसान की चीज़ हाँ। इस करके ये बड़ा ही सिद्ध जगह है, मेरा अपना भी एक एक्सपीरियंस है। यह दिव्य अलौकिक मूर्ति के जरा दर्शन कर लगा उन्हें प्रतिष्ठा सम्मान वैभव धन संपत्ति आरोग्यता प्राप्त होती है। अज मेरा इतने आने का जोड़ा सब तो व्डा मकसद आ, साढ़े गुरु महाराज ब्रह्म ऋषि कुमार स्वामी जी जिन्हों सारा विश्व जानता है, जिन्होंने राष्ट्रपति को लैके फॉरन के इंग्लैंड अमेरिका वालों सम्मान प्राप्त है, जोड़े लोगों के दुख दूर करते हैं बीज मंत्रा के राही। अज उन्होंने पुत्र की तबीयत एकदम खराब हो गई और परिवार बड़ा परेशान है, तो शिष्य होने के नाते एक शिष्य के भी कई फर्ज होंगे ने, एक शिष्य होने के नाते मैं बालाजी के चरणा चाहिया कि जिस तरह उन्होंने लक्ष्मण भगवान के प्राण बख्श दिते सीगे स्वयं परमात्मा दे, ते ए ता इंसान है जिहड़े अपने प्राणा दी लई संघर्ष कर रहे ने, ते मैं महाराज दे चरणां च इक छोटी जी भेंट भी अर्पण कीती है, लंगर स्वरूप च उहदा इस्तेमाल किया जाए ता जो सारी संगत का ढिड भरे ते हर दे मन चो असीसा निकलन, ता जो ब्रह्म ऋषि कुमार स्वामी जी दे पुत्र जल्दी तो जल्दी स्वस्थ होकर अपने घर लौटन। और बालाजी सरकार ते मैनूं बड़ा यकीन है उन्होंने वो ब्रह्मंडा के स्वामी है, करोड़ों ब्रह्मंडा के स्वामी है, और यह अरदास दिन भर भी नहीं उन्होंने सामने हैगी। तो मेरी सच्चे दिलों ये प्रार्थना है और तुहाडे न्यूज़ चैनल राही उन्होंने भी अगे मैं यही प्रार्थना करता वा कि ब्रह्म ऋषि कुमार स्वामी जी के बेटे लिए प्रार्थना करो ताकि वह जल्दी तो जल्दी स्वस्थ हो, तो जिन्होंने अगर कोई दुख संकट है तो बालाजी महाराज के चरणा च अपनी भी हाजिरी लो। जय श्री राम, जय श्री बालाजी सरकार। हाजरी भरन वालों में इलैक्ट्रॉनिक मीडिया के प्रधान नरेंद्र नंदन, उन्हों की पत्नी जसरीन कौर, अमित मकानी, गौरव मदान, राजू मदान, राजन अरोड़ा, करण मदान, राधा मदान, सबका कौंसलर दिनेश डल, विशाल शर्मा, जुगेश कटियाल, दिनेश सहगल सहित हजारा की गिनती भगत मौजूद सन। कैमरामैन राजू गुप्ता के नाल आशु गांधी, वॉइस ऑफ पंजाब जलंधर। जे तुहाडे विच भी है लिखण दी इच्छा शक्ति, जे तुहाडे आले दुआले भी हो रहा है कुछ गलत, जे तुसी भी चाहुंदे हो समाज च सुधार लेके आउणा, तां सोचदे की हो, अज ही जुड़ो वॉइस ऑफ पंजाब दे नाल। वॉइस ऑफ पंजाब नूं पंजाब दे वख-वख शहरां च पत्रकारां दी लोड़ है, साडे नाल इन्हां मोबाइल नंबरां ते संपर्क करो 9146-00441, 9788-00870। ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਸਾਡਾ ਈਮੇਲ ਆਈਡੀ ਹੈ voiceofpunjabtv@gmail.com।